बठिंडा के सरकारी हस्पताल दे विच 80 लाख रुपए की लागत के नाल बनिया फायर सेफ्टी सिस्टम बिल्कुल कंडम नज़र आ रहा। एक बार तस्वीर वेख लो कि किस तरह के हालात ने। ज़्यादातर जो पाइपा ने वो फायर सेफ्टी सिस्टम के बिल्कुल नज़र नहीं आ रही। ज़्यादातर इस तरह पाइप ने वो दस रहे हैं कि नशेड़ी है, वो इन्हों खोल के लै गए हैं और कितना कितने जाके पूरे हॉस्पिटल के फायर सेफ्टी में लैके इंतजाम ने जोड़े वो जीरो नज़र आ रहे हैं। अगर खुदा ना खास्ता कोई इस तरह का हादसा होंगे तो किसी तरह के भी अग के कंट्रोल नहीं किया जा सकता। हालांकि कुछ जगह पर सिलेंडर जरूर इंस्टॉल किए ने, वो प्रॉपर वर्क कर रहे हैं या नहीं कर रहे वो भी कितने ना कितने जागता विषय। पर 80 लाख रुपए की लागत के नाल जदों फायर सेफ्टी सिस्टम है जिहड़ा वो भी कंडम नज़र आए, वर्क ना करता नज़र आए तो जाहिर तौर पर लोगों को दिक्कत हो सकदियां ने। कुछ लोग बैठे ने आप गलबात भी करते हैं, बई जी फायर ब्रिगेड का फायर सेफ्टी सिस्टम लगे इतने पर प्रॉपर वर्क नहीं करता, खुदा ना खास्ता कोई हादसा हो जाए सर नुकसान है। इन्ने लोग दूरों दूरों चल के आ रहे हैं तो अपने सेहत लिए तो इतने ट्रीटमेंट करवा रहे हैं, पर उन्होंने उल्ट भी हो सकता ना भी भल के कोई अग वगैरह लग जाए कोई बुझन के चांस नहीं है जी। कहते कि 80 लाख रुपया लाया सी सरकार ने, ना तो इतने पाइप नज़र आ रही है ना किसी एम ए पानी निकलता नज़र आ रहा है। भाजी फिर 80 कागजा च लगा होगा ना, फिर इतने लगा हों तो देखना सी ना, ये चीज़ तो है तो सिस्टम को देखना चाहिए भी की चीज़ है। खतरा किन्ना मानते हो, बच्चों का हॉस्पिटल आ गया, बुजुर्ग इतने बैठे ने, जे खुदा ना खासता अग लग जाते कंट्रोल किमें होगी फिर? ਅਜੇ ਕੰਟਰੋਲ ਹੋਣ ਦੇ ਕੋਈ ਚਾਂਸ ਹੀ ਨਹੀਂ ਹੈਗੇ ਜੀ। ਜਦੋਂ ਚੀਜ਼ ਜਿਹੜੀ ਚੀਜ਼ ਨੇ ਕੰਟਰੋਲ ਕਰਨਾ ਜਦੋਂ ਉਹੀ ਖਰਾਬ ਪਈ ਹੈ ਕੰਟਰੋਲ ਹੋਏਗਾ ਕਿੱਥੋਂ ਜੀ? ਫਿਰ ਤਾਂ ਨੁਕਸਾਨ ਹੋਏਗਾ, ਫਿਰ ਉਹਦੇ ਵਿੱਚ ਕੋਈ ਹੱਲ ਨਹੀਂ ਹੈਗਾ ਜੀ। ਫਿਰ ਸਰਕਾਰ ਜ਼ਾਹਿਰ ਤੌਰ 'ਤੇ ਨੁਕਸਾਨ ਹੋਏਗਾ ਬਾਈ ਜੀ। ਕਿਵੇਂ ਦੇਖਦੇ ਹੋ ਫਾਇਰ ਸਿਸਟਮ ਲਾਇਆ ਹੋਇਆ ਹੋਸਪਿਟਲ ਦੇ ਵਿੱਚ ਪਰ ਪੂਰੇ ਹੋਸਪਿਟਲ 'ਚ ਕੋਈ ਵੀ ਸਿਸਟਮ ਵਰਕ ਨਹੀਂ ਕਰਦਾ ਨਜ਼ਰ ਆ ਰਿਹਾ? ਇਹ ਤਾਂ ਇਹਨਾਂ ਦੀ ਗਲਤੀ ਹੈ ਨਾ ਸਰ, ਇੰਨਾ ਪੈਸਾ ਸਰਕਾਰ ਲਾ ਕੇ ਦੇ ਰਹੀ ਹੈ ਤਾਂ ਲੋਕ ਇਹਨਾਂ ਨੂੰ ਸੰਭਾਲ ਕਰਨੀ ਚਾਹੀਦੀ। ਐਸੋਸੀਏਸ਼ਨ ਦੇ ਮੈਂਬਰ ਆ ਉਹ ਸਭ ਦੇਖਣ ਇਹ ਚੀਜ਼ ਨੂੰ ਕਿ ਜਾ ਕੱਲ ਨੂੰ ਕੁਛ ਵੀ ਹੋ ਸਕਦਾ, ਹੁਣ ਨੂੰ ਕਿਹਾ ਕਦੋਂ ਵੀ ਕੁਛ ਵੀ ਹੋ ਸਕਦਾ, ਕੋਈ ਹਾਦਸਾ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੈ? ਰਿਸਕ ਕਿੰਨਾ ਬਾਈ ਜੀ, ਬੱਚਿਆਂ ਦਾ ਹੋਸਪਿਟਲ ਹੈ, ਜਨਰਲ ਲੋਕ ਇੱਥੇ ਆਉਂਦੇ ਨੇ, ਰਿਕਸ਼ਾ ਔਰ ਕਿਆ ਹੈ, ਸਾਰਾ ਰਿਕਸ਼ੀ ਹੈ। ਦੋ ਮਿੰਟ ਜੇ ਹੁਣ ਕੁਛ ਹੋ ਜਾਏ ਕਿਆ ਕਰ ਲਵਾਂਗੇ, ਕੁਛ ਵੀ ਨਹੀਂ ਕਰ ਸਕਦਾ ਕੋਈ। ਕਿੰਨੀ ਪਬਲਿਕ ਆ ਤੁਸੀਂ ਦੇਖ ਲਓ ਘੁੰਮਕੇ ਇੱਥੇ। ਕਹਿੰਦੇ ਕਿ ਪੈਸਾ ਬਹੁਤ ਲੱਗਿਆ ਸੀ, 80 ਲੱਖ ਰੁਪਏ ਦੀ ਅਮਾਊਂਟ ਲੱਗੀ ਸੀ ਫਾਇਰ ਸਿਸਟਮ ਦੇ ਉੱਪਰ ਪਰ ਨਜ਼ਰ ਨਹੀਂ ਆ ਰਿਹਾ ਕੁਛ ਵੀ। ਕੁਛ ਵੀ ਨਹੀਂ ਹੈਗਾ, ਤੁਸੀਂ ਉੱਪਰ ਘੁੰਮ ਕਿਤੇ ਵੀ ਘੁੰਮ ਕੇ ਦੇਖ ਲਓ ਕੁਛ ਵੀ ਨਹੀਂ ਹੈਗਾ। ਬਿਲਕੁਲ ਜ਼ਾਹਿਰ ਤੌਰ 'ਤੇ ਲੋਕ ਵੀ ਇਹੀ ਕਹਿ ਰਹੇ ਨੇ ਕਿ ਲੋਕਾਂ ਦੀ ਸੁਰੱਖਿਆ ਦੇ ਨਾਲ ਖਿਲਵਾੜ ਹੈ। ਹਾਲਾਂਕਿ ਇੰਸਟਾਲ ਆ ਜਿਹੜੇ ਇਸ ਤਰ੍ਹਾਂ ਦੇ ਇੰਸਟਰੂਮੈਂਟ ਨੇ ਜਗ੍ਹਾ ਜਗ੍ਹਾ 'ਤੇ ਕੀਤੇ ਨੇ, ਇਸ ਤਰ੍ਹਾਂ ਦੀਆਂ ਪਾਈਪਸ ਨੇ ਉਹ ਕਿਤੇ ਨਾ ਕਿਤੇ ਨਜ਼ਰ ਨਹੀਂ ਆ ਰਹੇ। ਜਿੱਥੇ ਪਾਈਪ ਲੱਗੀਆਂ ਨੇ ਉਹ ਵੀ ਵਰਕਿੰਗ ਦੇ ਵਿੱਚ ਨਹੀਂ ਹੈ। ਜੇ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਖੁਦਾ ਨਾ ਖਾਸਤਾ ਕੋਈ ਇਸ ਤਰ੍ਹਾਂ ਦੀ ਘਟਨਾ ਘਟਦੀ ਹੈ, ਕੋਈ ਅਣਹੋਣੀ ਹੁੰਦੀ ਹੈ ਤਾਂ ਜ਼ਾਹਿਰ ਤੌਰ 'ਤੇ ਨੁਕਸਾਨ ਕਾਫੀ ਵੱਡਾ ਹੋ ਸਕਦਾ ਹੈ। ਪਰ SMO ਕਹਿੰਦੇ ਨੇ ਕਿ ਅਸੀਂ ਡਿਪਾਰਟਮੈਂਟ ਨੂੰ ਲਿਖ ਕੇ ਭੇਜਿਆ, ਜਲਦੀ ਇਸ ਨੂੰ ਦਰੁਸਤ ਕਰਾਇਆ ਜਾਏਗਾ। ਪਰ 80 ਲੱਖ ਰੁਪਏ ਦੀ ਅਮਾਊਂਟ ਲੱਗਣ ਤੋਂ ਬਾਅਦ ਵੀ ਹੋਸਪਿਟਲ ਦੇ ਵਿੱਚ ਫਾਇਰ ਸੇਫਟੀ ਸਿਸਟਮ ਹੈ ਜਿਹੜਾ ਉਹ ਦਰੁਸਤ ਨਾ ਨਜ਼ਰ ਆਵੇ ਤਾਂ ਜ਼ਾਹਿਰ ਤੌਰ 'ਤੇ ਕਾਫੀ ਵੱਡਾ ਨੁਕਸਾਨ ਵੀ ਹੋ ਸਕਦਾ ਹੈ। ਦੇਖੋ ਫਾਇਰ ਸੇਫਟੀ ਜਿਹੜੀ ਹੈ ਹਸਪਤਾਲ ਦੀ ਵਨ ਆਫ ਦਾ ਮੋਸਟ ਇੰਪੋਰਟੈਂਟ ਜਿਹੜੇ ਅਸੀਂ ਪੈਰਾਮੀਟਰ ਕਹਿੰਦੇ ਹਾਂ ਉਹਨਾਂ ਦੇ ਵਿੱਚੋਂ ਆਉਂਦਾ ਅਤੇ ਇਹਦੀ ਜਿਹੜੀ ਹੈ ਮਤਲਬ 100% ਇਹਨੂੰ ਚਾਲੂ ਹੋਣਾ ਚਾਹੀਦਾ। ਇਹ 4-5 ਸਾਲ ਪਹਿਲਾਂ ਫਾਇਰ ਹਾਈਡ੍ਰੈਂਟ ਸਿਸਟਮ ਹਸਪਤਾਲ ਦੇ ਵਿੱਚ ਲੱਗਿਆ ਸੀ, ਪਰ ਜਦੋਂ ਵੀ ਹੁਣ ਮੈਂ 2-3 ਮਹੀਨੇ ਪਹਿਲਾਂ SMO ਸਿਵਲ ਹਸਪਤਾਲ ਜੁਆਇਨ ਕੀਤਾ, ਦੇਖਿਆ ਗਿਆ ਕਿ ਥਾਂ ਥਾਂ 'ਤੇ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਚੋਰੀ ਹੋ ਚੁੱਕੀਆਂ ਨੇ। ਇਸ ਤੋਂ ਬਿਨਾਂ ਕੁਝ ਥਾਵਾਂ 'ਤੇ ਜਿਹੜੇ ਰੈਨੋਵੇਸ਼ਨ ਅਤੇ ਕੰਸਟਰਕਸ਼ਨ ਚੱਲ ਰਹੀ ਹੈ ਉਹਦੇ ਕਰਕੇ ਵੀ ਜਿਹੜੀਆਂ ਪਾਈਪਾਂ ਨੇ ਉਹ ਇਹਨਾਂ ਨੇ ਕੰਸਟਰਕਸ਼ਨ ਦੇ ਵਿੱਚ ਆ ਗਈਆਂ। ਤਾਂ ਅਸੀਂ ਇਹਦੇ ਬਾਰੇ ਜਿਹੜਾ ਸਿਵਲ ਵਿੰਗ ਹੈ ਸਾਡਾ ਪੰਜਾਬ ਸਿਸਟਮ ਕਾਰਪੋਰੇਸ਼ਨ ਦਾ ਇੰਜੀਨੀਅਰਿੰਗ ਵਿੰਗ ਹੈ ਉਹਨਾਂ ਨੂੰ ਵੀ ਲਿਖ ਕੇ ਦਿੱਤਾ, ਅਤੇ ਰਾਦਰ ਮੈਂ ਫਾਇਰ ਜਿਹੜਾ ਸੇਫਟੀ ਅਫਸਰ ਹੈ ਉਹਨਾਂ ਨੂੰ ਵੀ ਅਸੀਂ ਇੱਕ ਲੈਟਰ ਲਿਖੀ ਹੈ NOC ਲੈਣ ਵਾਸਤੇ, ਅਤੇ ਉਹਦੇ ਵਿੱਚ ਵੀ ਜੋ ਕਮੀਆਂ ਉਹਨਾਂ ਨੂੰ ਲੱਗਦੀਆਂ ਨੇ ਸਾਡੇ ਹਸਪਤਾਲ ਵਾਸਤੇ ਉਹ ਉਹਨਾਂ ਤੋਂ ਮੰਗੀਆਂ ਨੇ। ਜੇ ਉਹ ਜਿੰਨੀਆਂ ਵੀ ਕਮੀਆਂ ਸਾਨੂੰ ਉਹ ਨੋਟ ਕਰਾਉਣਗੇ ਅਸੀਂ ਉਹਦੀ ਪਰਮਿਸ਼ਨ ਉੱਪਰੋਂ ਲੈ ਕੇ ਉਹਨੂੰ ਲਾਗੂ ਕਰਾਵਾਂਗੇ। ਉਹਨਾਂ ਚਿਕਰ ਜਿਹੜਾ ਵੀ ਹਸਪਤਾਲ ਦੇ ਯੂਨਿਟ ਨੇ, ਚਾਹੇ ਉਹ ਬੱਚਿਆਂ ਦੇ ਹਸਪਤਾਲ ਦੇ ਵਿੱਚ SNCU ਸੀ, ਬੱਚਿਆਂ ਦਾ ਵਾਰਡ ਸੀ, ICU ਹੈ, OT ਹੈ, ਡਾਇਲਸਿਸ ਯੂਨਿਟ ਹੈ, OPD ਹੈ, ਜਿਹੜੇ ਵੱਖਰੇ ਵੱਖਰੇ ਵਿੰਗ ਨੇ ਉਹਨਾਂ ਦੇ ਵਿੱਚ ਫਾਇਰ ਐਕਸਟਿੰਗੁਇਸ਼ਰ ਜਿਹੜੇ ਨੇ ਉਹ ਇੰਪਲਾਂਟ ਕੀਤੇ ਗਏ ਆ। ਮਤਲਬ ਉਹ ਵੀ ਜਿਹੜੀਆਂ ਨੇ ਗਾਈਡਲਾਈਨਸ ਦੇ ਮੁਤਾਬਕ ਉਹਦੀ ਟ੍ਰੇਨਿੰਗ ਵੀ 2 ਵਾਰੀ ਸਾਰੇ ਇੰਪਲੋਈਆਂ ਨੂੰ ਅਸੀਂ ਕਿਵੇਂ ਉਹ ਵਰਤਣਾ ਹੈ, ਕਿਹਨਾਂ ਹਾਲਾਤਾਂ 'ਚ ਵਰਤਣਾ ਹੈ, ਕਿਹੜੀ ਜਗ੍ਹਾ 'ਤੇ ਜੇਕਰ ਕੰਪਿਊਟਰ ਦੇ ਵਿੱਚ ਹੈ ਤਾਂ ਉੱਥੇ ਕਿਹੜਾ ਵਰਤਣਾ, ABC ਜਾਂ ਜਿਹੜਾ ਦੂਜੇ ਆਉਂਦੇ ਨੇ ਉਹ ਉਹਨਾਂ ਨੂੰ ਟ੍ਰੇਨਿੰਗ 2 ਵਾਰੀ ਦਿੱਤੀ ਗਈ ਹੈ। ਇਹ 'ਤੇ ਫਿਰ ਅਸੀਂ ਜਿਹੜੇ ਸਾਡੇ AHA ਨੇ ਮੈਡਮ ਸ਼ੀਨੂ ਉਹਨਾਂ ਨੂੰ ਵੀ ਦੁਆਰਾ ਇਹਦੇ ਬਾਰੇ ਹਦਾਇਤ ਦਿੱਤੀ ਗਈ ਹੈ ਕਿ ਫਾਇਰ ਸੇਫਟੀ ਵਾਲਿਆਂ ਨਾਲ ਅਤੇ ਇੰਜੀਨੀਅਰਿੰਗ ਨਾਲ ਰਲ ਕੇ ਫਾਇਰ ਦਾ ਜਿਹੜਾ ਪ੍ਰਬੰਧ ਹੈ ਉਹਨੂੰ ਪੁਖਤਾ ਕੀਤਾ ਜਾਵੇ। ਪਰ ਇਹ ਮੈਂ ਜ਼ਰੂਰ ਮੰਨਦਾ ਕਿ ਇਹ ਬਿਲਕੁਲ ਜਿਹੜਾ ਹੈ ਸਹੀ ਹਾਲਾਤ ਦੇ ਵਿੱਚ ਹੋਣਾ ਚਾਹੀਦਾ ਹੈ ਤਾਂ ਜੋ ਰੱਬ ਸੁੱਖ ਰੱਖੇ ਕਿਸੇ ਵੇਲੇ ਕੋਈ ਅਣਸਖਾਵਾਂ ਜਿਹੜੀ ਹੈ ਘਟਨਾ ਅਗਰ ਵਾਪਰ ਜਾਂਦੀ ਹੈ ਤਾਂ ਉਹਦਾ ਅਸੀਂ ਸਾਫ਼ ਸੰਭਾਲ ਸਹੀ ਤਰ੍ਹਾਂ ਕਰ ਸਕੀਏ। ਪ੍ਰੋਪਰ ਅਲਾਰਮ ਵੀ ਨਹੀਂ ਚੱਲਦੇ ਨਜ਼ਰ ਆ ਰਹੇ, ਜਿਹੜੇ ਸਿਲੰਡਰ ਲੱਗੇ ਨੇ ਅੱਗ ਬੁਝਾਉਣ ਵਾਸਤੇ ਉਹ ਵੀ ਐਕਸਪਾਇਰ ਨੇ, ਕਾਫ਼ੀ ਕੋਈ ਵਰਕ ਨਹੀਂ ਕਰ ਰਹੇ।
नहीं फायर एक्सटिंग्विशर तो जिहड़े ने रेगुलरली चैक होंगे ने स्टीकर लगाए जाते हैं एक महीना पहले मैं राउंड करके जो देखे है सारे एक्सटिंग्विशर चैक किए गए थे सारे की एक्सपायरी डेट सही पाई गई थी हूँ भी जो कोई निगाह चाहेगा हो सकता भी थोड़ी तो को निगाह चाया हो जरा मेरे को नोटिस रह गया हो भी ठीक रहता जाएगा पर जितों तक मैं चैक किया या मैं जी हदायत दी हैं यही रिपोर्ट मिली है कि सारे जो फायर एक्सटिंग्विशर ने उन्हों की एक्सपायरी जी डेट है वह अजे पई है एक्सपायरी डेट भी यही होंगे भी ये थोड़ा प्रैशर घट जाता मतलब ये नहीं कि चेंज होता पर जिन्ना को खाली होंगे उन्होंने रीफिल करा लिता जाता तो चार छः महीने पहले ही मेरा ख्याल अक्टूबर नवंबर के शायद हर बार ये रीफिल जोड़े ने होंगे ने तो जो फिर भी कोई होया देख लिता जाए बिल्कुल जो कुछ खास क्रिटिकल यूनिट है जिमें असं इतने एस एन सी यू की गल कर रहे हैं बच्चों के हस्पताल जिमें पहला से तो असं एस एन सी यू के जोड़े ने फायर अलार्म लगाए हुए थे इस तरह उपर ऑपरेशन थिएटर के जिते तो रेनोवेशन होंगे ने उत्थे इंजीनियरिंग को पहला ही डिमांड दी जाती है कि उत्थे जो अलार्म ने वो जरूर ना लगाए जान हाइड्रेंट सिस्टम भी जो बहुत कामयाब सिस्टम है तो ही असं कहने एक्सटिंग्विशर चाहे असं लगा दते पर फायर हाइड्रेंट सिस्टम जोड़ा है वो चालू होना चाहिए वो जरा काफ़ी फायदेमंद साबित हो सकता है उम्मीद करिए कि प्रॉपर चल पाएगा कि खर्च कि आया पहला जो नवा इंस्टॉल किया मेरे का चार पाँच साल पहला से मैं खर्चे बारे आइडिया नहीं है क्योंकि मैं चार्ज बिल्कुल ही हमने संभाले कदों होएगा कोशिश तो मेरी बहुत जा रही है रादर मैं उपर तक परसनली भी उन्होंने संपर्क कर रहे सिविल सर्जन सर भी तो डीसी सर भी ये बारे जोड़ा है जो भी मीटिंग मिलती है उन्होंने इस गल बारे याद कराया जाता है तो वो टैलीफोनिकली भी उपर हायर अथॉरिटी इस बारे वार बार दसते रहते हैं तो उम्मीद तो मैं रखता कि बहुत जल्दी यहाँ जो है वो हल हो जाना चाहिए बठिंडा तो सूरज पान न्यूज़ 18 पंजाब